ਮਸਲਾ ਚੱਪਾ ਟਿੱਕੀ ਅਤੇ ਮਾੜੇ ਕਲਾਂ ਦੇ ਕਿਸਾਨਾਂ ਦਾ ਸੀ ਕਿ ਚਾਰ ਕਿਸਾਨਾਂ ਦਾ ਸਾਂਝਾ ਇੱਕ ਕਨੈਕਸ਼ਨ ਸੀਗਾ ਜਿਹੜਾ ਇੱਕ ਕਿਸਾਨ ਨੇ SDO ਦੀ ਮਿਲੀ ਭੁਗਤ ਦੇ ਨਾਲ ਆਪਣੇ ਨਾਮ ਕਰਵਾ ਲਿਆ ਅਤੇ ਅੱਜ ਇੱਥੇ ਧਰਨਾ ਲੱਗਾ ਸੀਗਾ SDO ਦਫ਼ਤਰ ਅਤੇ SDO ਆਪਦਾ ਦਫ਼ਤਰ ਛੱਡ ਕੇ ਭੱਜ ਗਿਆ ਅਤੇ ਅਸੀਂ ਇੱਕ ਹਫ਼ਤੇ ਦੀ SDO ਨੂੰ ਚੇਤਾਵਨੀ ਦੇ ਕੇ ਚੱਲੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਜਿਹੜਾ ਕਿਸਾਨਾਂ ਦਾ ਪਾਣੀ ਦਾ ਹੱਕ ਜਿਹੜਾ ਤੂੰ ਖੋਇਆ ਉਹ ਪਹਿਲਾਂ ਵਾਂਗ ਬਹਾਲ ਕਰ ਦੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸੰਘਰਸ਼ ਵੀ ਤੇਜ਼ ਕੀਤਾ ਜਾਊਗਾ ਅਤੇ ਜਿਹੜਾ SDO ਦਾ ਜੀਣਾ ਮਹਾਰ ਆ ਜਿਹੜਾ ਉਹ ਵੀ ਅਸੀਂ ਜਿਹੜਾ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਰਾਂਗੇ। ਅੱਜ ਸਿਰਫ ਇੱਥੇ ਚੇਤਾਵਨੀ ਦੇਣ ਵਾਸਤੇ ਆਏ ਸੀਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ SDO ਅੱਜ ਦਫ਼ਤਰ 'ਚੋਂ ਤਾਂ ਭੱਜ ਗਿਆ ਅਤੇ ਇਹਨੂੰ ਮਿਲਾਂਗੇ ਜ਼ਰੂਰ ਅਤੇ ਜਿਹੜਾ ਇਹਨਾਂ ਕਿਸਾਨਾਂ ਦੇ ਨਾਲ ਇਹਨੇ ਵਧੀਕੀ ਕੀਤੀ ਆ ਉਹਦਾ ਜਵਾਬ ਇਹ ਤੋਂ ਜ਼ਰੂਰ ਲਵਾਂਗੇ। ਬਖਸ਼ੀਸ਼ ਸਿੰਘ ਜੀ, 1-3 ਏਕੜ ਜ਼ਮੀਨ ਲਈ ਹੈ ਜੀ, ਵਿੱਚ ਰਜਿਸਟਰੀ 'ਤੇ ਲਿਖਿਆ ਹੈ। ਉਹਨੇ ਹਿਸਾਬ ਨਾਲ ਵੀ ਸਾਰਾ ਲਿਖਿਆ ਪਿਓ ਦੇ ਨੇ ਆ ਅਤੇ ਪੁੱਤਰ ਨੇ ਆਪਦੇ ਨਾਂ ਕਰਾ ਲਿਆ ਅਤੇ ਸ਼ਿਫਟ ਵੀ ਕਰਾ ਲਿਆ। ਅਤੇ ਜਿੱਥੇ ਅਸੀਂ ਆਉਂਦੇ ਵੀ ਜਿੱਥੇ ਸਾਡਾ ਮੌਕੇ 'ਤੇ ਅੱਜ ਤੋਂ ਲੈ ਕੇ 20 ਸਾਲ ਪੁਰਾਣਾ ਚੱਲਦਾ, ਸਾਡਾ ਉੱਥੇ ਹੀ ਚੱਲਣਾ ਚਾਹੀਦਾ। ਕਿੰਨੇ ਸਾਲ ਪਹਿਲਾਂ ਜ਼ਮੀਨ ਲਈ ਸੀ? ਜ਼ਮੀਨ ਸਾਨੂੰ 2022 'ਚ ਲਈ ਹੈ। ਹਾਂ, ਇਹਨੇ 2023 ਦੇ ਵਿੱਚ 10 ਨੂੰ ਇਹਨੇ ਆਪਦੇ ਨਾਂ ਕਰਾਇਆ ਕਲੈਕਸ਼ਨ ਚੋਰੀ, ਕਿਸੇ ਨੂੰ ਕੋਈ ਦੱਸਿਆ ਨਹੀਂ ਗਾ, ਤਿੰਨਾਂ ਭੇਜਦਾਰਾਂ ਨਾ ਕਰਾ ਕੇ ਪਟਾ ਕੇ ਲੈ ਗਿਆ, ਪਟਾ ਕੇ ਲੈ ਗਿਆ। ਵਿੱਚੋਂ ਡਰੀਵਲੀ ਵੀ ਕਢਾ ਲਈ, ਮੋਟਰ ਵੀ, ਸਟਾਰਟਰ ਵੀ ਉਹ ਕੱਢ ਕੇ ਵੀ ਲੈ ਗਿਆ। ਕੀ ਮੰਗ ਕੀ ਹੈ ਹੁਣ ਤੁਹਾਡੀ? ਸਾਡੀ ਮੰਗ ਹੀ ਹੋਏ, ਸਾਨੂੰ ਆਪਦਾ ਹੱਕ ਮਿਲਣਾ ਚਾਹੀਦਾ। ਜਿੱਥੇ ਮੋਟਰ ਲੱਗੀ ਚੱਲਦੀ ਸੀ ਉੱਥੇ ਮੋਟਰ ਚੱਲੇ ਜੀ, ਪੁਰਾਣੀ ਜਿੱਥੇ ਚੱਲਦੀ। ਇਹਦੇ ਖੁਦ ਸਭ SDO ਤਾਂ ਪ੍ਰੈਸ਼ਰ ਪਾ ਕੇ ਸਾਡੀ ਕੇਬਲ ਵੀ ਵਢਾ ਲਈ ਅਤੇ ਫਿਰ ਜਦੋਂ ਕਿਸਾਨ ਸਾਡੇ ਨਾਲ ਤੁਰੇ ਅਤੇ ਦੂਜੇ ਦਿਨ ਸਾਨੂੰ ਆ ਤੁਸੀਂ ਚਲਾ ਵੀ ਲਓ SDO ਦਾ। ਇਹ ਮਸਲਾ ਜੀ, ਪਿੰਡ ਚੱਪਾ ਡਿੱਕੀ ਦੇ ਬਜ਼ੁਰਗ ਸੀਗੇ ਸਰਦਾਰ ਕਰਤਾਰ ਸਿੰਘ, ਉਹਨਾਂ ਕੋਲ 8 ਕਿੱਲੇ ਜ਼ਮੀਨ ਸੀ। ਉਹਦੇ 'ਚ ਉਹਨਾਂ ਨੇ 4 ਕਿੱਲੇ ਜ਼ਮੀਨ ਜਿਹੜੀ ਸੀ ਉਹ 3 ਪਰਿਵਾਰਾਂ ਨੂੰ ਵੇਚੀ ਅਤੇ ਜਦੋਂ ਜ਼ਮੀਨ ਦੀ ਰਜਿਸਟਰੀ ਕਰਵਾਈ ਉਹਨਾਂ ਦੇ ਵਿੱਚ ਇੱਕੋ 8 ਕਿੱਲਿਆਂ 'ਚ ਇੱਕ ਮੋਟਰ ਦਾ ਕਨੈਕਸ਼ਨ ਸੀ, ਉਹ 1/2 ਜਿਹੜਾ ਸੀ 3 ਪਰਿਵਾਰਾਂ ਨੂੰ ਲਿਖ ਕੇ ਦੇ ਦਿੱਤਾ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਬਿਜਲੀ ਮਹਿਕਮੇ ਦੇ ਜਿਹੜਾ ਗੁਰੂ ਸਾਹਿਬ ਦੇ SDO ਆ ਇਹਨਾਂ ਨੂੰ ਪੈਸੇ ਦੇ ਕੇ ਗਲਤ ਤਰੀਕੇ ਦੇ ਨਾਲ ਜਿਹੜਾ ਸੀ ਉਹ 3 ਪਰਿਵਾਰਾਂ ਦਾ ਜਿਹੜਾ 1/2 ਮੋਟਰ ਦਾ ਹਿੱਸਾ ਸੀ ਉਹ ਖੋਹ ਕੇ ਮੋਟਰ ਆਪਣੇ ਨਾਮ ਕਰਵਾ ਲਈ ਔਰ ਉਹ ਕਨੈਕਸ਼ਨ ਸ਼ਿਫਟ ਸੀ ਜਿਹੜਾ ਆਪਣੇ ਘਰ ਦੇ ਕੋਲੇ ਕਰਵਾ ਲਿਆ, ਯਾਨੀ ਕਿ ਜਿਹੜੇ ਕਿੱਲੇ 'ਚ ਮੋਟਰ ਮਨਜ਼ੂਰ ਸੀ ਪਿਛਲੇ 12 ਸਾਲਾਂ ਤੋਂ ਚੱਲ ਰਹੀ ਸੀ ਉੱਥੋਂ ਕਨੈਕਸ਼ਨ ਪਟਾ ਕੇ ਜਿਹੜਾ ਦੂਜੀ ਥਾਂ 'ਤੇ ਉਹ ਲੈ ਗਏ। ਔਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਜਿੱਥੇ ਮੋਟਰ ਪਹਿਲਾਂ ਸੀ ਕਿ ਮੋਟਰ ਵੀ ਸਟਾਰਟਰ ਵੀ ਤਾਰਾ ਸਾਰਾ ਕੁਝ ਲਾ ਕੇ ਵੀ ਉਹ ਕਰਤਾਰ ਸਿੰਘ ਦਾ ਬੇਟਾ ਗੁਰਪ੍ਰੀਤ ਸਿੰਘ ਜਿਹੜਾ ਲਾਲਾ ਹੈਗਾ ਚੱਪਾ ਡਿੱਕੀ ਤੋਂ ਉਹ ਲੈ ਗਿਆ ਹੈਗਾ ਅਤੇ ਇਹਨਾਂ ਨੇ ਜਦੋਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਵੀ ਸਾਡਿਆ ਜਿਹੜਾ ਮੋਟਰ ਦਾ ਹੱਕ ਬਣਦਾ ਸੀ ਵੀ ਉਹ ਖੋਹ ਲਿਆ ਗਿਆ ਹੈਗਾ ਅਤੇ ਇਹਨਾਂ ਅਧਿਕਾਰੀਆਂ ਨੇ ਜਿਹੜਾ ਸੀਗਾ ਉਹ ਕਾਰਵਾਈ ਕਰਨ ਦੀ ਬਜਾਏ ਜਿਹੜਾ ਹੈਗਾ ਉਹ ਇਸ ਗੱਲ ਨੂੰ ਜਿਹੜਾ ਸੀ ਟਾਲਣਾ ਸ਼ੁਰੂ ਕੀਤਾ। ਜਦੋਂ ਇਹ ਮਾਮਲਾ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਕੋਲੇ ਪਹੁੰਚਿਆ, ਅਸੀਂ SDO ਦੇ ਨਾਲ ਗੱਲ ਕੀਤੀ ਕਿ ਤੁਸੀਂ ਝੋਨਾ ਲੱਗਣਾ, ਅੱਤ ਦੀ ਗਰਮੀ ਆ, ਬਾਰਿਸ਼ ਪੈ ਨਹੀਂ ਰਹੀਗੀ, ਤੁਸੀਂ ਉਹਨਾਂ ਦਾ ਜਿਹੜਾ ਸੀਗਾ ਵੀ ਮੋਟਰ ਦੀ ਤਾਰਾਂ ਲਾ ਕੇ ਲੈ ਗਏ ਆ ਵੀ ਤੁਸੀਂ ਗਲਤ ਕੀਤਾ। ਜਦੋਂ ਉਹਨਾਂ ਨਾਲ ਬਹਿਸ ਕੀਤੀ ਉਹਨੇ ਕਿਹਾ ਵੀ ਤੁਸੀਂ ਤਾਰ ਜਿਹੜੀ ਆ ਲੈ ਜਾਓ ਅਤੇ ਮੋਟਰ ਜਿਹੜੀ ਆ ਉਹ ਚਲਾ ਲਓ। ਹੁਣ ਜਦੋਂ ਇਹ ਸੰਘਰਸ਼ ਅੱਜ ਦਾ ਪ੍ਰਦਰਸ਼ਨ ਰੱਖਿਆ ਸੀ ਅਤੇ SDO ਨੇ ਕੱਲ੍ਹ ਜਿਹੜਾ ਸੀਗਾ ਕੁਛ ਬੰਦਿਆਂ ਨੂੰ ਇੱਧਰੋਂ ਉੱਧਰੋਂ ਜਿਹੜਾ ਸੀਗਾ ਭੇਜਿਆ ਕਿ ਵੀ ਮੈਂ ਵੀ ਅਸਲ ਦੇ ਵਿੱਚ ਕਿ ਪ੍ਰਦਰਸ਼ਨ ਨਾ ਹੋਵੇ ਮੈਂ ਵੀ ਕੁੰਡੀ ਲਵਾ ਦੇਣਾ ਦੂਸਰੇ ਬੰਦੇ ਦੂਸਰੇ ਘਰ ਨੂੰ ਕਿ ਉਹ ਜਿਹੜਾ ਸਾਰਾ ਝੋਨਾ ਪਾਲ ਲਿਆ ਸੀ। ਕਿਹਾ ਵੀ ਕੁੰਡੀ 'ਤੇ ਚਲੋ ਜੇ ਲੱਗ ਜੂਗੀ 4 ਮਹੀਨੇ ਝੋਨਾ ਪਾਲ ਲੂਗਾ
ਪਰ ਪਾਣੀ ਤਾਂ ਹਮੇਸ਼ਾ ਵਾਸਤੇ ਜਿਹੜਾ ਉਹਨੂੰ ਚਾਹੀਦਾ ਹੈਗਾ। ਜਿਹੜਾ ਬਿਜਲੀ ਮਹਿਕਮੇ ਦਾ ਕੰਮ ਕੁੰਡੀਆਂ ਰੋਕਣਾ ਹੈਗਾ ਅਤੇ ਉਹ ਖੁਦ SDO ਕੁੰਡੀ ਲਵਾ ਰਿਹਾ, ਤਾਂ ਸਪਸ਼ਟ ਆ ਕਿ ਉਹ ਕਿੰਨਾ ਮਤਲਬ ਕਰਪਟ ਜਿਹੜਾ ਹੈਗਾ ਉਹ ਅਧਿਕਾਰੀ ਹੈਗਾ। ਤਾਂ ਸਾਡੀ ਅੱਜ ਇਹ ਮੰਗ ਸੀਗੀ ਕਿ ਉਹ ਤਿੰਨਾਂ ਬੰਦਿਆਂ ਦਾ ਜਿਹੜਾ ਹੱਕ ਮਾਰਿਆ ਹੈਗਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ। ਇਕੱਲਾ ਇਹ ਨਹੀਂ ਗਾ ਕਿ ਗਰਾਊਂਡ 'ਤੇ ਪਾਣੀ ਦਿੱਤਾ ਜਾਵੇ, ਕਾਗਜ਼ਾਂ ਦੇ ਵਿੱਚ ਵੀ ਜੋ ਮਤਲਬ ਉਹਨਾਂ ਦਾ ਡਾਕੂਮੈਂਟਰੀ ਜਿਹੜਾ ਪ੍ਰੂਫ ਸੀਗਾ ਉਹਨਾਂ ਦੇ ਕੋਲ ਉਹ ਹੈਗਾ, ਅਤੇ ਉਹ ਵੀ ਜਿਹੜਾ ਉਹਨੂੰ ਤੁਸੀਂ ਗਲਤ ਕੀਤਾ, ਤਿੰਨ ਬੰਦਿਆਂ ਦਾ ਕਨੈਕਸ਼ਨ ਖੋਇਆ, ਉਹ ਵੀ ਪਹਿਲਾਂ ਦੀ ਥਾਂ 'ਤੇ ਆਵੇ ਔਰ ਪਾਣੀ ਵੀ ਪਹਿਲਾਂ ਥਾਂ 'ਤੇ ਮਿਲੇ। ਔਰ ਇਸ ਤਰ੍ਹਾਂ ਦੇ ਕਰਪਟ ਅਧਿਕਾਰੀਆਂ ਦੇ ਖਿਲਾਫ਼ ਜਿਹੜੀ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਕਾਰਵਾਈ ਕਰਦੇ ਹਾਂ, ਅਤੇ ਇਸ ਤਰ੍ਹਾਂ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਜਿਹੜੀ ਨੱਥ ਹੈਗੀ ਪਾਈ ਜਾਵੇ। ਅੱਜ ਅਸੀਂ ਹਫ਼ਤੇ ਦੀ ਚੇਤਾਵਨੀ ਦਿੱਤੀ, ਜੇ ਹਫ਼ਤੇ ਤੱਕ ਮਸਲਾ ਨਹੀਂ ਹੱਲ ਹੁੰਦਾ ਤਾਂ ਅਸੀਂ ਸੰਘਰਸ਼ ਤੇਜ਼ ਕਰਨ ਵਾਸਤੇ ਮਜਬੂਰ ਹੋਵਾਂਗੇ। ਕੀ ਨਾਮ ਹੈ ਜੀ SDO ਸਾਹਿਬ ਦਾ? SDO ਦਾ ਨਾਮ ਜਸਵਿੰਦਰ ਸਿੰਘ ਆ ਜੀ। ਬਾਈ ਰੌਲਾ ਕੁਝ ਨਹੀਂ, ਅਸੀਂ ਨਾ 2022 'ਚ 23-11-22 ਨੂੰ ਰਜਿਸਟਰੀ ਕਰਵਾਈ ਸੀ ਕਰਤਾਰ ਸਿੰਘ ਤੋਂ, ਜਿਹਦੇ 'ਚ ਸਾਨੂੰ ਮਤਲਬ ਇਹਨਾਂ ਕਹਿੰਦੇ 3 ਕਿੱਲੇ ਹੈ ਅਤੇ ਸਾਡੇ ਹੈਗੇ 6 ਕਰਾਲਾ 12 ਮਰਲੇ। ਟੋਟਲ ਦੀ ਜਿਹੜਾ ਅੱਧ ਦਾ ਹਿੱਸਾ ਸਾਨੂੰ ਉਹਨਾਂ ਦਿੱਤਾ ਰਜਿਸਟਰੀ ਮੁਤਾਬਕ। ਅਤੇ ਇਹਨਾਂ ਨੇ ਕੀ ਕੀਤਾ, ਜੋ ਜੂਨ 'ਚ ਮੌਤ ਹੋਈ 23-23 'ਚ, ਉਸ ਤੋਂ ਬਾਅਦ ਅਕਤੂਬਰ 'ਚ ਉਹਨੇ ਆਪਣੇ ਨਾਂ ਕਰਵਾ ਲਿਆ, ਸਾਨੂੰ ਪਤਾ ਨਹੀਂ ਲੱਗਣ ਦਿੱਤਾ। ਜਦੋਂ ਅਸੀਂ ਬੋਰਡ ਦੇ ਵਿੱਚ ਇਸੇ ਗੱਲ ਕਰਦੇ ਰਹੇ, ਸਾਨੂੰ ਟਾਲਦਾ ਰਿਹਾ ਹਿੱਸਾ ਪਾ ਲਾਂਗਾ, ਪਰ ਜਦੋਂ ਸਾਨੂੰ ਪਤਾ ਸਾਹਮਣੇ ਪਤਾ ਲੱਗਿਆ ਇਹਨਾਂ ਤੋਂ ਵੀ ਉਹ ਨਾਂ ਕਰਵਾ ਗਿਆ, ਫਿਰ ਅਸੀਂ ਇੱਧਰ ਆਏ ਹਾਂ ਧਰਨੇ ਵੱਲ। ਅਤੇ ਜੇ ਅਲੱਗ ਰਿਸ਼ੀ ਵਿੱਚ ਪਾਣੀ ਲਿਖਿਆ ਹੋਇਆ, ਬਕਾਇਦਾ ਲਿਖਿਆ ਵੀ 10 ਕਨੈਕਸ਼ਨ, 10 ਹਾਊਸ ਪਾਵਰ ਕਨੈਕਸ਼ਨ ਹੈ, ਉਹਦਾ 1/2 ਹਿੱਸੇ ਵਿੱਚ ਬਣਦਾ ਹਿੱਸਾ ਵੀ ਸਾਡਾ ਵੀ ਹੈ।